ਪੰਜਾਬ ਸਰਕਾਰ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਵਿਤਕਰੇ ਸੰਬੰਧੀ ਖੇਤੀਬਾੜੀ ਸਬ ਇੰਸਪੈਕਟਰਾਂ ਅਤੇ ਖੇਤੀਬਾੜੀ ਸਬ ਇੰਸਪੈਕਟਰ ਐਸੋਸੀਏਸ਼ਨ ਦੇ ਬੈਨਰ ਹੇਠਾਂ ਆਪਣੀਆਂ ਮੰਗਾਂ ਮਨਵਾਉਣ ਲਈ ਜ਼ਿਲ੍ਹਾ ਖੇਤੀਬਾੜੀ ਦਫ਼ਤਰਾਂ ਅੱਗੇ ਵੱਖ ਵੱਖ ਜ਼ਿਲ੍ਹਿਆਂ ਤੋਂ ਆਏ ਸਬ ਇੰਸਪੈਕਟਰਾਂ ਵੱਲੋਂ ਰੋਸ ਧਰਨਾ ਦਿੱਤਾ ਗਿਆ। ਇਸ ਸੰਬੰਧੀ ਜ਼ਿਲ੍ਹਾ ਪ੍ਰਧਾਨ ਅਮਨਦੀਪ ਸਿੰਘ ਨੇ ਦੱਸਿਆ ਕਿ ਸਬ ਇੰਸਪੈਕਟਰ ਇਸ ਵਿਭਾਗ ਦਾ ਇੱਕ ਅਤਿ ਜ਼ਰੂਰੀ ਅੰਸ਼ ਹੈ ਜੋ ਕਿ ਸਿੱਧਾ ਕਿਸਾਨਾਂ ਨਾਲ ਰਾਬਤਾ ਰੱਖਦਾ ਹੈ ਅਤੇ ਸਮੇਂ-ਸਮੇਂ ਤੇ ਕਿਸਾਨਾਂ ਨੂੰ ਸਰਕਾਰ ਦੀਆਂ ਕਿਸਾਨ ਭਲਾਈ ਸਕੀਮਾਂ ਬਾਰੇ ਜਾਣੂ ਕਰਵਾਉਂਦਾ ਹੈ ਅਤੇ ਫਸਲਾਂ ਸੰਬੰਧੀ ਸਹੀ ਸਮੇਂ ਤੇ ਕਿਸਾਨਾਂ ਦਾ ਸਮਾਧਾਨ ਕਰਦਾ ਹੈ। ਪਰ ਸਰਕਾਰੀ ਸਮਲਾਜ਼ਮ ਵਰਗ ਦਾ ਬਿਲਕੁਲ ਧਿਆਨ ਨਹੀਂ ਰੱਖ ਰਹੀ। ਇਸ ਸੰਘਰਸ਼ ਨਾਲ ਇਹ ਮੰਗ ਕਰਦੇ ਹਾਂ ਕਿ ਸਾਡੀ ਪੇ ਪੈਰਿਟੀ ਬਹਾਲ ਕੀਤੀ ਜਾਵੇ। ਇਸ ਦੌਰਾਨ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨਦੀ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। ਮੇਰਾ ਨਾਂ ਜੀ ਅਮਨਦੀਪ ਸਿੰਘ ਹੈ, ਜ਼ਿਲ੍ਹਾ ਪ੍ਰਧਾਨ ਹੁਸ਼ਿਆਰਪੁਰ ਤੋਂ। ਅਸੀਂ ਸਬ ਇੰਸਪੈਕਟਰ ਯੂਨੀਅਨ ਜਿਹੜੀ ਰੋਸ ਕਰ ਰਹੀ ਹੈ ਸਾਡੀਆਂ, ਤਾਂ ਬੇਸਿਕਲੀ ਜਿਹੜੀ ਪਹਿਲਾਂ ਦੱਸਣਾ ਚਾਹਾਂਗੇ ਦੋ ਹੀ ਮੰਗਾਂ ਆ ਮੇਨ। ਉਹ ਇੱਕ ਹੈਗੀ ਹੈ ਸਾਡੀ ਪੇ ਸਕੇਅਰ ਪੇ ਪੈਰਟੀ ਚਾਹੀਦੀ ਹੈ। ਦੂਸਰਾ ਜਿਹੜੇ ਸਾਡੇ 2013 ਬੈਚ ਦੇ ਜਿਹੜੇ ਆਪਣੇ ਸਬ ਇੰਸਪੈਕਟਰ ਨੇ ਉਹਨਾਂ ਦੀ DPC ਤੋਂ ਸਰਕਾਰ ਤੋਂ ਮੰਗ ਕਰਦੇ ਹਾਂ। ਸਾਡੇ ਪ੍ਰਧਾਨ ਸ਼੍ਰੀ ਨਰੇਸ਼ ਕੁਮਾਰ ਸੈਣੀ ਜੀ ਜੋ ਕਿ ਸਟੇਟ ਪ੍ਰਧਾਨ ਨੇ, ਉਹਨਾਂ ਦੀ ਜਿਹੜੀ ਅਗਲੀ ਰੂਪ ਰੇਖਾ ਹੋਏਗੀ ਉਹ ਸਾਨੂੰ ਅੱਗੇ ਦੱਸ ਦੇਣਗੇ। ਹਜੇ ਤੱਕ ਅਸੀਂ 9 ਤਰੀਕ ਤੋਂ ਲੈ ਕੇ 13 ਤੱਕ ਆਪਾਂ ਜ਼ਿਲ੍ਹੇ ਹੈੱਡਕੁਆਰਟਰ ਦੇ ਸਾਰੇ ਹੀ ਸਾਥੀ ਇੱਥੇ ਬੈਠੇ ਹੋਏ ਹਨ, ਸਰਕਾਰ ਦਾ ਵਿਰੋਧ ਕਰਦੇ ਹਾਂ ਕਿਉਂਕਿ ਸਾਡੇ ਬੜੇ ਹੀ ਪੁਰਾਣੇ ਲੰਬੇ ਸਮੇਂ ਤੋਂ ਜਿਹੜੀ ਸਾਰੀਆਂ ਹੱਕੀ ਮੰਗਾਂ ਆ ਉਹ ਸਰਕਾਰ ਇਸ ਵੱਲ ਧਿਆਨ ਨਹੀਂ ਦੇ ਰਹੀ। ਅਤੇ ਅਸੀਂ ਚਾਹੁੰਦੇ ਹਾਂ ਕਿ ਇਸੇ ਧਰਨੇ ਦੇ ਰੋਸ 'ਤੇ ਔਰ ਤੁਹਾਡੇ ਮੀਡੀਆ ਚੈਨਲ ਦੇ ਅਕੋਰਡਿੰਗ ਆਪਾਂ ਦੱਸਣਾ ਚਾਹੁੰਦੇ ਹਾਂ ਕਿ ਜਿਹੜੀ ਸਾਡੀ ਸਰਕਾਰ ਤੱਕ ਆਪਣੀਆਂ ਮੰਗਾਂ ਚੱਲੀ ਜਾਣ। ਮੇਰਾ ਸਰਕਾਰ ਨੂੰ ਇੱਕ ਸੁਨੇਹਾ ਹੈ ਕਿ ਹੁਣ ਜਿੰਨੀਆਂ ਵੀ ਪੋਸਟਾਂ ਨੇ, ਏ ਗ੍ਰੇਡ ਹੋਣ, ਬੀ ਗ੍ਰੇਡ ਹੋਣ, ਸੀ ਗ੍ਰੇਡ ਹੋਣ ਜਾਂ ਡੀ ਗ੍ਰੇਡ ਹੋਣ, ਉਹਨਾਂ ਨੂੰ ਕਿਸੇ ਨੂੰ ਵੀ ਸ਼ੁਰਲੀਆਂ ਛੱਡ ਕੇ ਸੁਲਝਾਇਆ ਨਹੀਂ ਜਾ ਸਕਦਾ ਜਾਂ ਉਲਝਾਇਆ ਨਹੀਂ ਜਾ ਸਕਦਾ, ਕਿਉਂਕਿ ਸਾਰੀਆਂ ਪੋਸਟਾਂ ਦੇ ਉੱਤੇ PhD ਲੈਵਲ ਦੇ ਬੰਦੇ ਬੈਠੇ ਆ, ਸਾਰੇ ਪੜ੍ਹੇ ਲਿਖੇ ਆ, ਸਾਰੇ ਹਰ ਗੱਲ ਜਾਣਦੇ ਆ ਕਿ ਕੀ ਉੱਤੋਂ ਇੰਪਲੀਮੈਂਟ ਕੀ ਹੋਣਾ ਅਤੇ ਇਹ ਅਨਾਊਂਸ ਕੀ ਕੀਤਾ ਜਾ ਰਿਹਾ। ਇਸ ਕਰਕੇ ਹੀ 4 ਸਵੇਰੇ ਪਹਿਲਾਂ ਪੇ ਕਮਿਸ਼ਨ ਦੇ ਉੱਤੇ ਵੀ ਮੁਲਾਜ਼ਮਾਂ ਨੇ ਆਪਣਾ ਰੋਸ ਜ਼ਾਹਰ ਕੀਤਾ ਅਤੇ ਜੋ ਵੀ ਸਰਕਾਰ ਝੂਠਾ ਲਾਰਾ ਲਾਉਂਦੀ ਹੈ ਹਰ ਉੱਤੇ ਆਪਾਂ ਰਿਐਕਟ ਕਰਦੇ ਹਾਂ ਬਹੁਤ ਜ਼ੋਰਦਾਰ ਤਰੀਕੇ ਨਾਲ। ਬਾਕੀ ਜਿਹੜਾ ਇਹ ਸਾਡਾ ਧਰਨਾ ਹੈ ਇਹ ਮੇਨ 2 ਮੰਗਾਂ ਦੇ ਉੱਤੇ ਹੈ ਜਿਹੜਾ ਕਾਫੀ ਸਾਲਾਂ ਤੋਂ ਪਿਛਲਿਆਂ ਤੋਂ ਅਸੀਂ ਸਾਡੇ ਨਾਲ ਵਿਤਕਰਾ ਹੋ ਰਿਹਾ। ਇੱਕ ਸਾਡੀ ਪੇ ਪੈਰਟੀ ਹੈ, ਉਹ ਸਾਡੇ ਜਿਹੜੇ ਕੇਡਰ ਸੀ ਉਹਦੇ ਤੋਂ ਕਾਫੀ ਇਹਨੂੰ ਥੱਲੇ ਦਿੱਤੀ ਜਾ ਰਹੀ ਹੈ, ਔਰ ਨੰਬਰ 2 ਦੇ ਉੱਤੇ 1.5-2 ਸਾਲ ਦੇ ਉੱਤੋਂ ਸਾਡੀ ਪ੍ਰਮੋਸ਼ਨ ਲਈ ਜੋ ਸਾਡੀਆਂ ਵਿਹਲੀਆਂ ਪੋਸਟਾਂ ਨੇ ਉਹਦੀ ਪ੍ਰਮੋਸ਼ਨ ਵਾਸਤੇ ਅਰਜ਼ੀਆਂ ਮੰਗੀਆਂ ਗਈਆਂ ਨੇ, ਔਰ 1.5-2 ਸਾਲ ਦੇ ਉੱਤੋਂ ਇਹ ਕੋਈ ਨਾ ਕੋਈ ਚਿੱਠੀਆਂ ਕੱਢ ਕੇ ਲਗਾਤਾਰ ਉਹਨੂੰ ਉਲਝਾਇਆ ਜਾ ਰਿਹਾ। ਅਤੇ ਸਾਡੀ ਇਹ ਆਸ ਆ ਕਿ ਸਮਾਂ ਰਹਿੰਦਿਆਂ ਉਸ ਨੂੰ ਸਾਡੀ ਸੁਣੀ ਜਾਵੇ ਗੱਲ ਅਤੇ ਸਾਡੇ ਜਿਹੜਾ ਪ੍ਰੋਸੈਸ ਆ ਉਹਨੂੰ ਕੰਪਲੀਟ ਕੀਤਾ ਜਾਵੇ। ਦਸ ਟੈਲੀ ਨਿਊਜ਼ ਲਈ ਗੁਰਜੀਤ ਸੋਨੂੰ ਦੇ ਨਾਲ ਕੈਮਰਾਮੈਨ ਜਤਿੰਦਰ ਪਿੰਸ ਦੀ ਰਿਪੋਰਟ। We at GNA University see potential in everyone and everything around us. We drive innovation and entrepreneurship, encourage thought leadership. We are at the forefront of new age digital technology. We are world standard in theory and practice. We are a multicultural network community. We groom competent global citizens to effect positive change around them.